ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਲੈ ਕੇ ਅੱਜ ਦੀ ਇਸ ਇੰਪੋਰਟੈਂਟ ਵੀਡੀਓ ਦੇ ਵਿੱਚ। ਇਹ ਵੀਡੀਓ ਕਾਫੀ ਇੰਪੋਰਟੈਂਟ ਰਹਿਣ ਵਾਲੀ ਹੈ। ਜਿਹੜੇ ਐਪਲੀਕੈਂਟ ਵੀ ਪੁੱਛਦੇ ਆ ਕਿ ਆਸਟ੍ਰੇਲੀਆ PR ਕਿੱਦਾਂ ਮਿਲੇਗੀ, ਕਿਹੜੀ ਪਲੈਨਿੰਗ ਅਸੀਂ ਕਰਕੇ ਜਾ ਸਕਦੇ ਹਾਂ, ਕਈ ਤਰ੍ਹਾਂ ਦੇ ਸਵਾਲ ਹੁੰਦੇ ਨੇ। ਉਹਦੇ ਵਿੱਚ ਇੱਕ ਕੁਐਸਚਨ ਆਉਂਦਾ ਕਿ ਰੀਜਨਲ ਆਸਟ੍ਰੇਲੀਆ ਦੇ ਫਾਇਦੇ ਹੁੰਦੇ ਨੇ, ਕੀ PR 'ਚ ਬੈਨੀਫਿਟ ਹੋ ਸਕਦੇ ਨੇ, ਤਾਂ ਤੁਸੀਂ ਰੀਜਨਲ ਆਸਟ੍ਰੇਲੀਆ ਕਿਉਂ ਜਾਣਾ ਚਾਹ ਸਕਦੇ ਹੋ ਜਾਂ ਕਿਉਂ ਜਾਣਾ ਚਾਹੀਦਾ, ਉਹਦੇ ਬੈਨੀਫਿਟ ਕੀ ਹੈਗੇ ਨੇ, ਉਹ ਮੈਂ ਐਕਸਪਲੇਨ ਕਰਾਂਗਾ ਇਸ ਵੀਡੀਓ ਦੇ ਵਿੱਚ। ਵੀਡੀਓ ਨੂੰ ਐਂਡ ਤੱਕ ਦੇਖਿਓ। ਮੇਕ ਸ਼ੋਰ ਟੂ ਸਬਸਕ੍ਰਾਈਬ ਦਿਸ ਚੈਨਲ ਫੋਰ ਫਿਊਚਰ ਅਪਡੇਟ, ਐਂਡ ਇਫ ਯੂ ਵਾਂਟ ਟੂ ਅਪਲਾਈ ਯੂਰ ਐਪਲੀਕੇਸ਼ਨ ਵਿਦ ਅਸ ਵਿਦ ਵੀਜ਼ਾ ਆਫਿਸ, ਯੂ ਕੈਨ ਰੀਚ ਅਸ ਔਨ ਅਵਰ ਹੈਲਪਲਾਈਨ ਨੰਬਰ, ਦੈਟ ਇਜ 9041090410। ਸੋ ਇਸ ਨੰਬਰ 'ਤੇ ਤੁਸੀਂ ਕਾਲ ਵੀ ਕਰ ਸਕਦੇ ਹੋ, ਔਰ ਯੂ ਕੈਨ ਵਿਜ਼ਿਟ ਅਸ ਐਨੀ ਸਾਡੀ ਜੋ ਨੀਅਰ ਬਾਈ ਬ੍ਰਾਂਚ ਉੱਥੇ ਵਿਜ਼ਿਟ ਕਰ ਸਕਦੇ ਹੋ, ਦੈਟ ਇਜ਼ ਲੁਧਿਆਣਾ, ਜਲੰਧਰ ਐਂਡ ਅੰਮ੍ਰਿਤਸਰ। ਤਿੰਨ ਲੋਕੇਸ਼ਨ 'ਤੇ ਸਾਡੇ ਬ੍ਰਾਂਚ ਆਫਿਸ ਨੇ, ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸੋ ਜਦੋਂ ਰੀਜਨਲ ਦੀ ਗੱਲ ਆਉਂਦੀ ਹੈ, ਰੀਜਨਲ ਆਸਟ੍ਰੇਲੀਆ ਦੀ ਗੱਲ ਆਉਂਦੀ ਹੈ, ਤਾਂ ਪਹਿਲਾਂ ਤਾਂ ਰੀਜਨਲ ਆਸਟ੍ਰੇਲੀਆ ਦੀ ਡੈਫੀਨੇਸ਼ਨ ਕੀ ਹੈ। ਫੋਰ ਨਾਓ, ਐਜ਼ ਆਫ ਨਾਓ, ਰੀਜਨਲ ਆਸਟ੍ਰੇਲੀਆ ਆਪਾਂ ਕਹਿ ਦਿੰਦੇ ਹਾਂ ਬ੍ਰਿਸਬੇਨ, ਮੈਟਰੋ ਸਿਟੀ ਨੂੰ ਛੱਡ ਦਿਓ, ਬ੍ਰਿਸਬੇਨ ਦੀ ਮੇਨ ਸਿਟੀ ਏਰੀਆ ਛੱਡ ਦਿਓ। ਬ੍ਰਿਸਬੇਨ ਕਿਊਜ਼ਲੈਂਡ 'ਚ ਪੈਂਦਾ, ਉਸ ਤੋਂ ਬਾਅਦ ਆਉਂਦਾ ਨਿਊ ਸਾਊਥ ਵੇਸ, ਜਿਹਦੇ ਵਿੱਚ ਸਿਡਨੀ ਸ਼ਹਿਰ ਨੂੰ ਛੱਡ ਦਿਓ, ਵਿਕਟੋਰੀਆ ਦੇ ਵਿੱਚ ਮੈਲਬਰਨ ਸ਼ਹਿਰ ਨੂੰ ਛੱਡ ਦਿਓ। ਮਤਲਬ ਜਿੱਦਾਂ ਇੱਕ ਸਿਟੀ ਏਰੀਆ ਹੁੰਦਾ, ਜਿਹੜੀ ਤੁਸੀਂ ਸਿਟੀ 'ਚ ਰਹਿੰਦੇ ਹੋ, ਇੱਕ ਸਿਟੀ ਦਾ ਇੱਕ ਮਿਊਂਸੀਪਲ ਦਾ ਏਰੀਆ ਹੁੰਦਾ ਨਾ, ਉੱਦਾਂ ਜਿਹੜਾ ਮੇਨ ਸਿਟੀ ਏਰੀਆ ਤੁਸੀਂ ਉਹਨੂੰ ਛੱਡ ਦਿਓ, ਤਾਂ ਇਹ ਬਾਕੀ ਸਾਰਾ ਏਰੀਆ ਆਸਟ੍ਰੇਲੀਆ ਦਾ ਦੈਟ ਇਜ਼ ਰੀਜਨਲ ਆਸਟ੍ਰੇਲੀਆ। ਉਹ 'ਚ ਤੁਸੀਂ ਮੇਨ ਸਿਟੀ ਕਾਊਂਟ ਕਰ ਲਓ, ਐਡੀਲੇਡ ਰੀਜਨਲ ਹੈ, ਐਡੀਲੇਡ ਦੇ ਨਾਲ ਨਾਲ ਜੇ ਆਪਾਂ ਗੱਲਬਾਤ ਕਰਦੇ ਹਾਂ ਤਾਂ ਤੁਸੀਂ ਪਰਥ ਨੂੰ ਦੇਖ ਲਓ, ਉਹ ਰੀਜਨਲ ਹੈ। ਗੋਲਡ ਕੋਸਟ ਨੂੰ ਦੇਖ ਲਓ ਤੁਸੀਂ, ਉਹ ਰੀਜਨਲ ਹੈ। ਕੈਨਬਰਾ ਨੂੰ ਕਾਊਂਟ ਕਰ ਲਓ, ਤਾਂ ਇੱਦਾਂ ਇਹ ਸਾਰੀ ਬਾਕੀ ਜਿਹੜੀ ਪ੍ਰਾਈਮ ਸਿਟੀਜ਼ ਹੈਗੀਆਂ ਨਾ, ਤਿੰਨ ਨੂੰ ਛੱਡ ਕੇ ਜਿਹੜੀ ਮੈਂ ਪਹਿਲਾਂ ਦੱਸੀਆਂ, ਦੈਟ ਇਜ਼ ਰੀਜਨਲ ਆਸਟ੍ਰੇਲੀਆ। ਤਾਂ ਹੁਣ ਤੁਸੀਂ ਇਹ ਤਾਂ ਸਮਝ ਗਏ ਕਿ ਰੀਜਨਲ ਆਸਟ੍ਰੇਲੀਆ ਦਾ ਮਤਲਬ ਤਰੀਕੇ ਜੰਗਲਾਂ 'ਚ ਭੇਜੇ ਜਾਂਦੇ ਨੇ, ਤਾਂ ਮਤਲਬ ਕਿ ਇੱਕ ਵਧੀਆ ਸ਼ਹਿਰ ਜਿਹੜੇ ਨੇ ਉਹਨੂੰ ਪ੍ਰਮੋਟ ਕਰਨ ਲਈ ਉਹਨਾਂ ਨੂੰ ਰੀਜਨਲ ਆਸਟ੍ਰੇਲੀਆ 'ਚ ਉਹਨਾਂ ਨੇ ਕਾਊਂਟ ਕੀਤਾ। ਹੁਣ ਦੇ ਫਾਇਦੇ ਕੀ ਹੁੰਦੇ ਨੇ, ਦੋ ਤੋਂ ਤਿੰਨ ਮੇਜਰ ਫਾਇਦੇ ਤੁਹਾਨੂੰ ਹੋ ਸਕਦੇ ਨੇ, ਦੋ ਤੋਂ ਤਿੰਨ ਮੇਜਰ ਫਾਇਦੇ ਸਟੱਡੀ ਇਨ ਰੀਜਨਲ ਆਸਟ੍ਰੇਲੀਆ ਦਾ। ਸਭ ਤੋਂ ਵੱਡਾ ਜਿਹੜਾ ਫਾਇਦਾ, ਇੱਕ ਤਾਂ ਇੱਥੇ ਇੰਸਟੀਟਿਊਟ ਹੁੰਦੇ ਆ, ਸਭ ਨੂੰ ਪਤਾ ਹੈ ਕਿ ਬਰਥ 'ਚ ਕਿੰਨੇ ਇੰਸਟੀਟਿਊਟ ਹੈਗੇ ਨੇ, ਐਡਲੇਡ 'ਚ ਕਿੰਨੇ ਹੈਗੇ ਨੇ, ਕੈਨਬਰਾ ਸਾਈਡ ਵੀ ਹੈਗੇ ਨੇ, ਗੋਲਡ ਕੋਸਟ 'ਚ ਵੀ ਹੈਗੇ ਨੇ, ਜਾਂ ਉਸ ਤੋਂ ਬਾਅਦ ਇਹ ਗੱਲ ਕਰੀਏ ਤਾਂ ਡਾਰਵਿਨ ਸਾਈਡ ਵੀ ਹੈਗੇ ਨੇ। ਸੋ ਸਭ ਤੋਂ ਵੱਡਾ ਫਾਇਦਾ ਹੈ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਜਿਹੜਾ ਤੁਹਾਨੂੰ ਮਿਲਦਾ ਸਟੱਡੀ ਤੋਂ ਬਾਅਦ। ਜਦੋਂ ਤੁਸੀਂ 485 ਵੀਜ਼ਾ ਪਾਉਣਾ ਹੁੰਦਾ ਸਬ ਕਲਾਸ ਦਾ ਆਸਟ੍ਰੇਲੀਆ ਦਾ, ਤਾਂ ਉਹਦੇ ਵਿੱਚ ਤੁਹਾਨੂੰ ਇੱਕ ਸਾਲ ਐਕਸਟਰਾ ਮਿਲਦਾ ਮਿਨੀਮਮ, ਅੱਗੇ ਤੁਹਾਨੂੰ ਵੱਧ ਵੀ ਮਿਲ ਸਕਦਾ, ਮਤਲਬ ਕਿ ਉੱਦਾਂ ਤੁਹਾਨੂੰ ਮਿਲਦਾ 2 ਤੋਂ 3 ਸਾਲ ਦਾ, ਦੋ ਸਾਲ ਦਾ ਜ਼ਿਆਦਾ ਮਿਲਦਾ ਬਾਕੀ 'ਚ। ਇੱਥੇ ਤੁਹਾਨੂੰ 3 ਤੋਂ 4 ਸਾਲ ਤੱਕ ਦਾ ਤੁਸੀਂ ਅਪਲਾਈ ਕਰ ਸਕਦੇ ਹੋ, ਤਾਂ ਮਤਲਬ ਇੱਕ ਤਾਂ ਸਾਲ ਤੋਂ 2 ਸਾਲ ਐਕਸਟਰਾ ਤੁਹਾਨੂੰ ਮਿਲ ਗਏ TRV ਜਿਹਨੂੰ ਆਪਾਂ ਕਹਿੰਦੇ ਟੈਂਪਰੇਰੀ ਸਟੇਟਸ ਵਾਸਤੇ, ਤਾਂ ਤੁਹਾਡੇ ਕੋਲ ਇੱਕ ਤਾਂ ਤੁਸੀਂ ਰੀਜਨਲ 'ਚ ਪੜ੍ਹਦੇ ਹੋ ਤਾਂ ਪਹਿਲਾ ਬੈਨੀਫਿਟ ਹੋ ਗਿਆ ਐਕਸਟਰਾ ਵਰਕ ਪਰਮਿਟ ਮਿਲ ਗਿਆ। ਦੂਜਾ ਬੈਨੀਫਿਟ ਹੈ ਜਦੋਂ ਤੁਸੀਂ PR ਦੀ ਫਾਈਲ ਪਾਉਣੀ ਹੈ, ਤਾਂ 5 ਪੁਆਇੰਟ ਜਿੱਦਾਂ ਆਸਟ੍ਰੇਲੀਆ ਸਟੱਡੀ ਦੇ ਪੁਆਇੰਟ ਮਿਲਦੇ ਨਾ 5, ਜਾਂ ਰੀਜਨਲ ਜਿਹੜਾ ਉਹਦੇ ਹੋਰ 5 ਪੁਆਇੰਟ ਤੁਹਾਡੇ ਐਡ ਹੋ ਜਾਂਦੇ ਨੇ, ਇਹ ਮਾਇਨੇ ਰੱਖਦੇ ਨੇ। ਸੋ 5 ਪੁਆਇੰਟ ਤੁਹਾਨੂੰ ਸਟੱਡੀ ਦੇ ਮਿਲ ਗਏ, ਵਰਕ ਵਾਸਤੇ ਐਕਸਟਰਾ ਟਾਈਮ ਮਿਲ ਗਿਆ। ਟਾਈਮ ਬੜਾ ਕੀਮਤੀ ਹੈ ਜਦੋਂ ਤੁਸੀਂ ਉੱਥੇ PR ਲੈਣੀ ਹੁੰਦੀ ਆਸਟ੍ਰੇਲੀਆ, ਸਪੈਸ਼ਲੀ ਕੈਨੇਡਾ ਨਾਲ ਕੰਪੈਰੀਜ਼ਨ ਨਾ ਕਰਿਓ, ਤਾਂ ਉਹ ਪੁਆਇੰਟ ਮਿਲ ਗਏ ਤੁਹਾਨੂੰ, ਨੰਬਰ ਜਿਹੜੇ ਵੱਧ ਮਿਲ ਗਏ ਤੁਹਾਨੂੰ, ਵਰਕ ਪਰਮਿਟ ਵੀ ਜ਼ਿਆਦਾ ਮਿਲ ਗਿਆ। ਪਲੱਸ ਜੇ ਤੁਸੀਂ ਰੀਜਨਲ ਆਸਟ੍ਰੇਲੀਆ 'ਚ ਰਹਿ ਰਹੇ ਹੋ, ਰੀਜਨਲ ਏਰੀਏ 'ਚ ਰਹਿ ਰਹੇ ਹੋ, ਹਰ ਇੱਕ ਜਿਹੜੀ ਸਟੇਟ ਹੁੰਦੀ ਹੈ ਨਾ ਆਸਟ੍ਰੇਲੀਆ ਦੀ, ਉਹਦੇ ਰੀਜਨਲ ਇਮੀਗ੍ਰੇਸ਼ਨ ਪ੍ਰੋਗਰਾਮ ਵੀ ਚੱਲਦੇ ਹੁੰਦੇ, ਤਾਂ ਤੁਸੀਂ ਅਗਰ ਰੀਜਨਲ ਏਰੀਆ 'ਚ ਮੂਵ ਹੋ ਕੇ ਕੰਮ ਕਰ ਰਹੇ ਹੋ ਜਾਂ ਪੜ੍ਹੇ ਸੀਗੇ, ਤਾਂ ਮੇਨ ਸਿਟੀ ਤੋਂ ਵੀ ਬਾਹਰ ਇਹਨਾਂ ਦੇ ਸਿਸਟਮ ਚੱਲਦੇ ਆ ਸਟੇਟ ਵਾਈਜ਼। ਤਾਂ ਮੰਨ ਲਓ ਪਰਥ ਪੜ੍ਹੇ ਹੋ, ਪਰਥ ਤੋਂ ਬਾਅਦ ਤੁਸੀਂ ਥੋੜ੍ਹਾ ਜਿਹਾ ਓਰੀਜਨਲ ਏਰੀਆ ਚਲੇ ਜਾਓ, ਜਾਂ ਤੁਸੀਂ ਮੰਨ ਲਓ ਕਿ ਮੈਲਬਰਨ ਪੜ੍ਹੇ ਹੋ, ਤਾਂ ਤੁਸੀਂ ਜੇ ਬੈਲਰੈਟ ਵਾਲੇ ਪਾਸੇ ਵੀ ਕੰਮ ਕਰਨ ਚਲੇ ਜਾਓ, ਤਾਂ ਉੱਥੇ ਵੀ ਅਗਰ ਸਾਲ 'ਚ ਕੰਮ ਕਰ ਲੈਂਦੇ, ਤਾਂ ਤੁਸੀਂ ਜਿਹੜਾ ਹੈ ਰੀਜਨਲ ਨੋਮੀਨੇਸ਼ਨ ਜਿਹੜੇ ਉਹਨਾਂ ਦੇ ਪ੍ਰੋਗਰਾਮ ਚੱਲਦੇ ਨੇ PR ਦੇ, ਉਹਦੇ ਵਿੱਚ ਪਾਰਟੀਸਪੇਟ ਕਰ ਸਕਦੇ ਹੋ। ਉਹ ਜੇ ਅਗਰ ਮਿਲਦੀ ਤਾਂ 15 ਪੁਆਇੰਟ ਉਹਦੇ ਐਕਸਟਰਾ, ਤਾਂ ਮਤਲਬ 65 ਪੁਆਇੰਟ ਤੋਂ ਜੇ PR ਸ਼ੁਰੂ ਹੁੰਦੀ ਹੈ, ਤਾਂ ਉਹਦੇ ਵਿੱਚ ਤੁਹਾਡੇ ਐਕਸਟਰਾ ਵਰਕ ਪਰਮਿਟ, ਇੱਕ ਤੁਹਾਨੂੰ ਐਕਸਟਰਾ ਐਕਸਪੀਰੀਅੰਸ ਮਿਲ ਰਿਹਾ, ਪਲੱਸ 5 ਪੁਆਇੰਟ ਜਿਹੜੇ ਉਹ ਮਾਇਨਰ ਰੱਖਦੇ ਆ, ਬਾਕੀ ਲੈਂਗੁਏਜ ਦੇ, ਏਜ ਦੇ 30 ਪੁਆਇੰਟ ਤੱਕ ਆ ਗਏ, ਵੱਧ ਵੀ ਆ ਜਾਂਦੇ ਕਈਆਂ ਨੂੰ, 30 ਤੱਕ ਹੁੰਦੇ ਮੈਕਸੀਮਮ, 30 ਹੋ ਗਿਆ, 25 ਤੋਂ 33 ਵਾਲੀ ਰੇਂਜ ਦੇ ਵਿੱਚ ਜੋ ਤੁਹਾਨੂੰ ਮੈਕਸੀਮਮ ਪੁਆਇੰਟ ਮਿਲਦੇ ਨੇ। ਉਸ ਤੋਂ ਬਾਅਦ ਤੁਹਾਡੇ ਅਗਰ ਲੈਂਗੁਏਜ ਬਹੁਤ ਵਧੀਆ ਤਾਂ 20 ਪੁਆਇੰਟ ਉਹਦੇ ਮਿਲ ਗਏ ਤੁਹਾਨੂੰ, ਜਿਹੜੇ 50 ਤਾਂ ਸਿੱਧੇ ਹੀ ਹੋ ਗਏ, ਤਾਂ 5 ਜਿਹੜੇ ਬਾਕੀ 65-70 ਤੁਸੀਂ ਕਰ ਲੈਣੇ, ਪਰ ਜਿਹੜੇ ਉਹ 5 ਪੁਆਇੰਟ ਹੈ ਨਾ, ਉਹ PR ਅਤੇ ਨਾ PR ਦੇ ਵਿੱਚ ਦਾ ਰਸਤਾ ਜਿਹੜਾ ਤੈਅ ਕਰ ਸਕਦੇ ਨੇ। ਸੋ ਰੀਜਨਲ ਦੇ ਹੋਰ ਵੀ ਬੜੇ ਫਾਇਦੇ ਹੈਗੇ ਨੇ, ਯੂਨੀਵਰਸਿਟੀ ਨੂੰ ਲੈ ਕੇ, ਬੈਨੀਫਿਟ ਨੂੰ ਲੈ ਕੇ, ਤੁਸੀਂ ਖੁਦ ਵੀ ਔਨਲਾਈਨ ਸਰਚ ਕਰ ਲਿਆ ਕਰੋ। ਐਂਡ ਯੈਸ, ਤੁਸੀਂ ਕਿਤੇ ਵੀ ਅਪਲਾਈ ਕਰ ਸਕਦੇ ਹੋ, ਮੈਲਬਰਨ ਵੀ ਸਾਡੇ ਤੋਂ ਅਪਲਾਈ ਕਰਾ ਸਕਦੇ ਹੋ, ਤੁਸੀਂ ਬ੍ਰਿਸਬੇਨ ਵੀ ਜਾ ਸਕਦੇ ਹੋ, ਤੁਸੀਂ ਸਿਡਨੀ ਵੀ ਜਾ ਸਕਦੇ ਹੋ, ਜਾਂ ਪਰਥ, ਐਡੀਲੇਡ, ਜਿੱਥੇ ਵੀ ਅਪਲਾਈ ਕਰਨਾ ਚਾਹੁੰਦੇ ਕਰ ਸਕਦੇ ਹੋ। ਬਟ ਯੈਸ, ਥੋੜ੍ਹਾ ਜਿਹਾ ਸਮਾਰਟ ਵਰਕ ਤੁਹਾਨੂੰ ਵੀ ਕਰਨਾ ਪੈਣਾ, ਹੁਣ ਉਹ ਟਾਈਮ ਚਲਾ ਗਿਆ ਜਦੋਂ ਆਪਾਂ ਕਹਿੰਦੇ ਕਿ ਜਾ ਕੇ ਦੇਖਾਂਗੇ, ਤਾਂ ਪਹਿਲਾਂ ਤੁਸੀਂ ਡਿਸੀਜਨ ਲੈ ਸਕਦੇ ਹੋ, ਸਹੀ ਡਿਸੀਜਨ ਲੈ ਸਕਦੇ ਹੋ, ਐਂਡ ਤਾਂ ਕਿ ਤੁਹਾਡਾ ਕੱਲ੍ਹ ਨੂੰ ਜੇ PR ਉੱਥੇ ਲੈਣੀ ਚਾਹ
ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਨਵੀਂ ਅਪਡੇਟ ਦੇ ਨਾਲ, ਹੋਰ ਡਿਟੇਲ ਦੇ ਨਾਲ। ਅੱਜ ਲਈ ਇੰਨਾ ਹੀ, ਧੰਨਵਾਦ।